ਅਸਲਾਮੁ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਆ। ਜੇ ਦਿਨ ਜੀ ਜੁੰਮੇ ਰਾਤ ਦਾ ਤੇ ਸਾਰੇ ਦੋਸਤ ਜਾਣਦੇ ਨੇ ਕਿ ਜੁੰਮੇ ਰਾਤ ਵਾਲੇ ਦਿਨ ਫਹਰੇ ਕਾਮੋ ਕੀ ਦੇ ਮਸ਼ਹੂਰ ਵਪਾਰੀ ਸਾਧੂਲਾ ਸੰਧੂ ਸਾਹਿਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤੇ ਮਾਸ਼ਾਅੱਲਾ ਜੀ ਸੰਧੂ ਸਾਹਿਬ ਨੇ ਇੱਕ ਦਫਾ ਫੇਰ ਦਿਲ ਹੋਸ਼ ਕੀਤਾ ਦੋਸਤਾਂ ਵਾਸਤੇ। ਤਿੰਨ ਟਾਪ ਕਲਾਸ ਆਲਾ ਨਸਲ ਦੀਆਂ ਝੋਟੀਆਂ ਲੈ ਕੇ ਆਏ ਨੇ, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਅਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 18-18 ਕਿਲੋ ਵਾਲੀਆਂ ਝੋਟੀਆਂ, ਇਸ ਤੋਂ ਇਲਾਵਾ ਇੱਕ ਬੁਰੇ ਰੰਗ 'ਚ 5 ਕਲਿਆਣ ਝੋਟੀ ਵੀ ਮੌਜੂਦ ਹੈ, ਉਹਦਾ ਵੀ ਇਨਸ਼ਾਅੱਲਾ ਸ਼ੋ ਕਰਾ ਦਿੰਦੇ ਹਾਂ। ਭਾਈ ਸਾਹਿਬ ਆਓ ਜੀ ਸਾਹਮਣੇ। ਜੀ ਵਾਲਕੁਮ ਸਲਾਮ ਜੀ ਭਾਈ ਸਾਹਿਬ, ਕੀ ਹਾਲ ਹੈ? ਠੀਕ ਹੋ? ਅੱਲਾਹ ਦਾ ਕਰਮ ਫਾਜ਼ ਭਾਈ, ਦੁਆਵਾਂ। ਤੁਸੀਂ ਸੁਣਾਓ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਉਹਦੀ ਜ਼ਾਤ ਦਾ ਕਰਮ। ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਜੁਮੇ ਰਾਤ ਵਾਲੇ ਦਿਨ ਜਨਾਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਦੋਸਤਾਂ ਨੂੰ, ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਸਭ ਤੋਂ ਪਹਿਲਾਂ ਸਾਰੇ ਦੋਸਤਾਂ ਭਾਈਆਂ ਨੂੰ ਗੁਜ਼ਸ਼ਤਾ ਈਦ ਮੁਬਾਰਕ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੋਈ ਸੋਗ ਛਤਰਾ ਸੀ ਮੇਰੇ ਕੋਲ, ਅਤੇ ਅਸੀਂ ਕੋਈ 7-8 ਮਹੀਨੇ 9 ਮਹੀਨੇ ਪਹਿਲਾਂ ਲੈ ਕੇ ਆਉਂਦੇ ਹਾਂ, ਕੋਈ ਉਹਨਾਂ ਦੇ ਧਿਆਨ ਵਿੱਚ ਉਹਨੇ ਲੱਗੇ ਸਨ, ਜਿਹਦੀ ਵਜ੍ਹਾ ਦੇ ਵਿੱਚ ਫਿਰ ਵੀਡੀਓ ਮਿਸ ਹੋਈ ਹੈ। ਅਤੇ ਹੁਣ ਇਨਸ਼ਾਅੱਲਾ ਝੋਟੀਆਂ ਦਾ ਹੀ ਕੰਮ ਹੈ ਸਾਰਾ ਸਾਲ, ਅਤੇ ਦੋਸਤਾਂ ਨੂੰ ਵੀ ਪਤਾ ਹੈ ਅਤੇ ਤੁਹਾਨੂੰ ਵੀ ਪਤਾ ਹੈ ਕਿ ਝੋਟੀਆਂ ਜਿਹੜੀਆਂ ਮੈਂ ਪਿਓ ਨੀਲੀ ਦੀਆਂ ਲੈ ਕੇ ਆਉਂਦਾ। ਜ਼ਬਰਦਸਤ, ਆਪ ਖੁਦ ਉੱਥੇ ਜਾਈਦਾ, ਮਿਹਨਤ ਕਰੀ ਦੀ, ਹਫ਼ਤਾ 10 ਦਿਨ ਰਹਿ ਕੇ ਝੋਟੀਆਂ ਲੈ ਕੇ ਆਈਦੀਆਂ। ਅਤੇ ਵੇਖੋ ਇਹ ਨਸਲਾਂ ਹੀ ਹੁੰਦੀਆਂ ਜਿਹੜੀਆਂ 18-18, 17-17 ਕਿਲੋ ਦੁੱਧ ਦਿੰਦੀਆਂ ਨੇ, ਠੀਕ ਹੈ। ਅਤੇ ਉੱਧਰ ਦੀਆਂ ਮੱਝਾਂ ਹੁੰਦੀਆਂ ਜਿਨ੍ਹਾਂ 'ਚ ਅਸਰ ਹੁੰਦਾ ਉਹ ਹੀ ਦਿੰਦੀਆਂ ਨੇ, ਹਰ ਮੱਝ ਇੰਨਾ ਦੁੱਧ ਨਹੀਂ ਦੇ ਸਕਦੀ। ਅਤੇ ਇੱਕ ਝੋਟੀ ਇਹਦਾ ਬੱਚਾ ਮਰ ਗਿਆ ਕੱਲ੍ਹ ਦਾ ਜੀ ਜੀ, ਅਤੇ ਚਲੋ ਜਾਇਜ਼ ਕਰਕੇ ਦੋਸਤਾਂ ਨੂੰ ਦੇ ਦਿੰਦੇ ਹਾਂ, ਬਾਕੀ ਹਰ ਲਿਹਾਜ਼ ਨਾਲ ਗਰੰਟੀ ਹੋਏਗੀ। ਕਿਸੇ ਦੇ ਘਰ ਗਈ ਵੀ 6 ਮਹੀਨਿਆਂ ਨੂੰ, 3 ਮਹੀਨਿਆਂ ਨੂੰ ਉਹਦੀ ਗਰੰਟੀ ਹੋਏਗੀ, ਜ਼ਿੰਦਾਬਾਦ, ਠੀਕ ਹੈ ਨਾ। ਕੋਈ ਮਤਲਬ ਕਿ ਬੱਚੇ ਦਾ ਕੋਈ ਨੁਕਸ ਨਿਕਲੇ ਜਾਂ ਟਾਈਮ ਦੀ ਆਪਣਾ ਸੂਈ ਹੋਏ, ਤਾਜ਼ੀ ਸੂਈ ਹੈ, ਗਿੱਲੀ ਝੋਟੀ ਸੂਈ ਹੈ, ਉਹਦੀ ਇਨਸ਼ਾਅੱਲਾ ਹਰ ਲਿਹਾਜ਼ ਨਾਲ ਗਰੰਟੀ ਹੋਵੇਗੀ। ਜ਼ਬਰਦਸਤ, ਇਹ ਦੋਸਤਾਂ ਨੂੰ ਸਾਰੇ ਲੋਕੇਸ਼ਨ ਵੀ ਸਮਝਾ ਦਿਓ। ਲੋਕੇਸ਼ਨ ਜ਼ਿਲ੍ਹਾ ਸਾਡਾ ਗੁਜਰਾਂਵਾਲਾ, ਤਹਿਸੀਲ ਕਾਮੋਗੀ ਹੈ। ਕਾਮੋਗੀ ਤੋਂ ਕੋਈ 1.5 ਕਿਲੋਮੀਟਰ 'ਤੇ ਤੋਲੇਕੀ ਵਿਰਕਾ ਪਿੰਡ ਹੈ। ਤੋਲੇਕੀ ਤੋਂ ਕੋਈ ਥੋੜ੍ਹਾ ਜਿਹਾ ਪਹਿਲੇ ਨਾ 4-5 ਕਿੱਲੇ ਪਹਿਲੇ ਸੱਜੇ ਪਾਸੇ ਸਾਡਾ ਸ਼ੈਲਰ ਹੈ, ਆਫਤਾਬ ਰਾਈਸ ਦੇ ਨਾਂ ਤੋਂ। ਸ਼ੈਲਰ ਦੇ ਅੰਦਰ ਹੀ ਸਾਡਾ ਡੇਰਾ, ਅੰਦਰ ਹੀ ਅਸੀਂ ਮੱਝਾਂ ਰੱਖੀਆਂ। ਜ਼ਿੰਦਾਬਾਦ। ਇਹ ਤਾਂ ਗਾਵਾਂ 'ਚ ਕਿਉਂ ਨਹੀਂ ਸ਼ਾਮਿਲ ਕਰਨੀਆਂ? ਗਾਵਾਂ ਨਾ ਇੱਕ ਗਾਂ ਲਈ ਜੇ ਅਤੇ ਉਹ ਕੱਚੀ ਹੈ ਥੋੜ੍ਹੀ ਜਿਹੀ, ਅਗਲੀ ਵੀਡੀਓ 'ਚ ਪਾਵਾਂਗੇ ਇਨਸ਼ਾਅੱਲਾ, ਅਗਲੀ ਨੈਕਸਟ ਵੀਡੀਓ 'ਚ ਗਾਵਾਂ ਪਾਵਾਂਗੇ। ਚਲੋ ਰਿਕੁਐਸਟ ਆਈ ਹੈ, ਥੋੜ੍ਹਾ ਜਿਹਾ ਖਰਾਬ ਹੈ, ਉਹਦੀ ਵਜ੍ਹਾ ਤੋਂ ਬਾਹਰ ਹੀ ਨਿਕਲਿਆ ਗਿਆ, ਕੋਈ ਇੱਧਰ ਥੱਕੇ ਹਾਂ। ਹਾਂਜੀ, ਮਿਹਨਤ ਤੁਸੀਂ ਕੀਤੀ ਹੈ ਮਾਸ਼ਾਅੱਲਾ, ਇਹ ਵੀ ਤੁਹਾਡੀ ਮਿਹਨਤ ਹੈ ਦੋਸਤ। ਇਨਸ਼ਾਅੱਲਾ ਜਾਨਵਰ ਵੇਖਣ ਦੇ ਅਤੇ ਉਮੀਦ ਹੈ ਕਿ ਲਾਈਕ ਵੀ ਕਰਨ ਦੇ। ਜੀ ਭਾਈ ਸ਼ਾਨੀ ਲੈ ਕੇ ਆਓ ਜੀ ਦੋਸਤਾਂ ਨੂੰ ਸ਼ੋਅ ਕਰਾਈਏ। ਟੋਟਲ ਅੱਜ 3 ਹੀ ਜਾਨਵਰ ਨੇ ਅਤੇ ਇਨਸ਼ਾਅੱਲਾ ਉਮੀਦ ਕਰਨਾ ਦੋਸਤਾਂ ਨੂੰ ਤਿੰਨੇ ਜਾਨਵਰ ਪਸੰਦ ਹੋਣਗੇ। ਨੰਬਰ 1 'ਤੇ ਆ ਗਈ ਹੈ ਜੀ ਬੁਰੇ ਰੰਗ 'ਚ 5 ਕਲਿਆਣ ਨੇ, ਕਾਫੀ ਡਿਮਾਂਡ ਹੈ ਬੁਰੇ ਰੰਗ ਦੀ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਨੂੰ ਚੈੱਕ ਕਰਾਨੇ ਆ। ਰਾਜ ਸਾਹਿਬ ਪੂਰਾ ਦੋਸਤਾਂ ਨੂੰ ਸ਼ੋਅ ਕਰਾਣਾ ਹੈ ਸਰ, ਮੈਂ ਮੁਕੰਮਲ ਸਟੱਡੀ ਕਰਾਂ। ਗੱਲ ਇਹ ਵੇ ਕਿ ਝੋਟੀਆਂ ਤੇ ਅਸੀਂ ਲੈ ਕੇ ਆਉਂਦੇ ਆ, ਪਰ ਐਵੇਂ ਦੀਆਂ ਝੋਟੀਆਂ ਸਾਨੂੰ ਵੀ ਨਹੀਂ ਰੋਜ਼ ਲੱਭਦੀਆਂ। ਜ਼ਿੰਦਾਬਾਦ ਪਿਆਰੇ ਭਾਈ, ਉੱਥੇ ਜ਼ਰਾ ਖੁੱਲੀ ਜਗ੍ਹਾ ਤੇ ਖਿਲਾਰਨੀ ਹੈ, ਮੌਸਮ ਖਰਾਬ ਹੈ, ਜ਼ਰਾ ਸਹੀ ਜਗ੍ਹਾ ਤੇ ਖਿਲਾਰ ਲਓ। ਲੋ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਪੁੱਠਾ ਦੋਸਤਾਂ ਵੇਖ ਲੈਣਾ, ਮੁਕੰਮਲ ਜੀ ਸਾਹਮਣੇ ਚੈੱਕ ਕਰਾਉਂਦੇ ਆ, ਕੱਦ ਵੀ ਦੋਸਤਾਂ ਵੇਖ ਲੈਣਾ, ਲਾਮ ਚੈੱਕ ਕਰਨੀ ਹੈ ਝੋਟੀ ਨੰਬਰ 1, ਜਮੇ ਪੈਰ ਤੋਂ ਚੇਨੇ ਕੈਮਰੇ 'ਚ ਮੁਕੰਮਲ ਨਜ਼ਰ ਆਉਂਦੇ ਨੇ। ਫਿਰ ਦੋਸਤਾਂ ਨੂੰ ਜ਼ਰਾ ਤਸੱਲੀ ਕਰਾ ਦਿੰਦੇ ਹਾਂ, ਬੱਗੀ ਮੁੱਛੇ ਬਿੱਲੀਆਂ ਅੱਖਾਂ ਮਾਸ਼ਾਅੱਲਾ, ਅਤੇ ਥਣ ਮੈਂ ਦੋਸਤਾਂ ਨੂੰ ਚੈੱਕ ਕਰਾਉਂਦਾ। ਪਿਆਰੇ ਭਾਈ ਇੱਥੇ ਜ਼ਰਾ ਖਿਲਾਰਿਓ, ਜ਼ਰਾ ਮੁਕੰਮਲ ਤਸੱਲੀ ਕਰਾ ਲੈਣ ਦਿਓ ਜੀ। ਸੰਧੂ ਸਾਹਿਬ ਕਿੰਨਵਾਂ ਸੂਆ ਸੂਈ ਹੈ? ਰਾਜ ਭਾਈ ਦੂਸਰਾ ਸੂਆ ਸੂਈ ਹੈ। ਠੀਕ ਹੈ, ਕਿੰਨੇ ਕੁ ਦਿਨ ਹੋ ਗਏ ਨੇ? ਰਾਜ ਭਾਈ ਇਹਨੂੰ 10 ਦਿਨ ਹੋ ਗਏ ਨੇ ਸੂਈ। ਲੋ ਜੀ ਦੋਸਤੋ, ਚੈੱਕ ਕਰ ਲਓ ਮਾਸ਼ਾਅੱਲਾ ਜੀ, 10 ਕੁ ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ। ਪਿਆਰੇ ਭਾਈ ਅੱਗੇ ਜਾਂ ਪਿੱਛੇ ਕਰਿਓ, ਇਹ ਥਣ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ, 5 ਕਲਿਆਣ ਬੁਰੇ ਰੰਗ 'ਚ ਲਿਬਾਸ ਦੋਸਤਾਂ ਵੇਖਣੇ, ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ, ਮੁਕੰਮਲ ਨਜ਼ਾਰਾ ਕਰਨਾ। ਪਿਆਰੇ ਭਾਈ ਜਾ ਚਲਾਈਏ, ਜਾ ਕਿਹੜਾ ਐ ਵੇ ਜਾ।
ਐ ਚੈੱਕ ਕਰੋ ਮਾਸ਼ਾਅੱਲਾ ਕੀ ਕੱਟਾ ਪਿੱਛੇ ਦੇ ਭਰਾ ਭਾਈ ਕੱਟਾ ਐ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ ਝੋਟੀ ਨੰਬਰ 1 10 ਕੇ ਦਿਨ ਹੋ ਗਏ ਨੇ ਦੂਸਰਾ ਸੁਆ ਸੁਈ ਮੁਕੰਮਲ ਉਦਾਰਾ ਕਰਨੇ ਵੱਡੀ ਜਸਾਮਤ ਵਾਲਾ ਜਾਨਵਰ ਹੈ ਚਿਹਰੇ ਦੀ ਖੂਬਸੂਰਤੀ ਫਿਰ ਚੈੱਕ ਕਰਾਨੇ ਆ ਮਾਸ਼ਾਅੱਲਾ ਜੀ ਬਿੱਲੀਆਂ ਅੱਖਾਂ ਤੇ ਬੱਗੀ ਮੁੱਛ ਭਰਾ ਭਾਈ ਇੱਕ ਹੱਡੀ ਧੁੰਨੀ ਕੋਲੀ ਦਾ ਨਿਸ਼ਾਨ ਐ ਚੈੱਕ ਕਰੋ ਜੀ ਧੁੰਨੀ ਤੇ ਕੋਲੀ ਵੀ ਦੋਸਤਾਂ ਚੈੱਕ ਕਰ ਲੈਣੀ ਆ ਮਾਸ਼ਾਅੱਲਾ ਥਣ ਦੋਸਤਾਂ ਨੂੰ ਮੈਂ ਫਿਰ ਚੈੱਕ ਕਰਾ ਦੇਣਾ ਭਰਾ ਭਾਈ ਪੂਛ ਵੇਖੋ ਬਰੀਕ ਐ ਚੈੱਕ ਕਰੋ ਮਾਸ਼ਾਅੱਲਾ ਬਰੀਕੀਆਂ ਦੋਸਤਾਂ ਵੇਖ ਲੈਣੀ ਬਿਲਕੁਲ ਐ ਕਾਗਜ਼ ਵਾਂਗੂ ਬਰੀਕ ਚਮੜੀ ਜ਼ਿੰਦਾਬਾਦ ਐ ਚੈੱਕ ਕਰੋ ਜੀ ਝੋਟੀ ਕੋ 18 ਡੱਬੇ ਦੁੱਧ ਦੇ ਇਹ ਟੋਟਲ ਟੋਟਲ ਟੋਰੇ ਭਾਈ ਜਾਨ ਲਵਾਇਓ ਚੱਕਰ ਦੋਵਾਂ ਟਾਈਮਾਂ ਦਾ ਟੋਟਲ ਯਾਨੀ ਕਿ ਬੱਚੇ ਸਮੇਤ 18 ਕਿਲੋ ਦੁੱਧ ਦੇ ਦੂਸਰਾ ਸੁਆ ਸੂਈ ਹੈ 10 ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਪਿਆਰੇ ਭਾਈ ਖਿਲਾ ਰਹੇ ਹੋ ਜ਼ਰਾ ਖਿਲਾ ਰਹੇ ਥੋੜ੍ਹੀ ਅੱਗੇ ਜਾਂ ਪਿੱਛੇ ਕਰੇ ਤੁਹਾਨੂੰ ਜ਼ਰਾ ਦੋਸਤਾਂ ਨੂੰ ਸਹੀ ਚੈੱਕ ਕਰਾਉਣੇ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਠੀਕ ਹੈ ਭਾਈ ਦੋਹਰਾ ਥਾਣੇ ਪੂਰਾ ਪਾਵਰ ਵਾਲਾ ਬਿਲਕੁਲ ਇੱਕ ਭਾਈ ਯਾਰ ਕਿਹਾ ਸੀ ਕਿ ਫੁਸ਼ਲ ਜ਼ਰਾ ਚੁੱਕ ਕੇ ਸਾਈਡ 'ਤੇ ਕਰਕੇ ਥਾਣ ਚੈੱਕ ਕਰਾਇਆ ਕਰੋ ਅਤੇ ਉਹਨਾਂ ਦੀ ਗੱਲ ਹਾਂ ਨੋਟ ਕੀਤੀ ਹੈ ਮਜ਼ੀਦ ਅਗਰ ਕਿਤੇ ਕੋਈ ਕਮੀ ਬੇਸ਼ੀ ਹੋਏ ਤਾਂ ਦੋਸਤਾਂ ਕਿਹਾ ਹੀ ਗੁਜ਼ਾਰਿਸ਼ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਿਆ ਕਰੋ ਝੋਟੀ ਨੰਬਰ 1 5 ਕਲਿਆਣ ਬੁਰੇ ਰੰਗ 'ਚ 18 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੂਸਰਾ ਸੁਆ ਸੂਈ ਹੈ 10 ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਹੋਏ ਦੋਸਤਾਂ ਚੈੱਕ ਕਰੋ ਭਾਈ ਸ਼ਾਨੀਆ ਦਾ ਚਿਹਰਾ ਇੱਕ ਦਫਾ ਚੈੱਕ ਕਰਾਇਆ ਦੋਸਤਾਂ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰਾ ਦੋਸਤਾਂ ਫਿਰ ਵੇਖ ਲੈਣਾ ਠੀਕ ਹੈ ਅੱਗੋਂ ਝੋਟੀ ਨੰਬਰ 2 ਲੈ ਆਵੋ ਜੀ ਸੰਧੂ ਸਾਹਿਬ ਝੋਟੀ ਨੰਬਰ 1 ਦਾ ਰੇਟ ਫਰਾਜ਼ ਭਾਈ ਰੇਟ ਦੁੱਧ ਅਸੀਂ ਜਿਹੜਾ ਨਾ ਸਾਰਾ ਇਸ ਤੋਂ ਦੱਸ ਦਿਆਂਗੇ ਫਿਰ ਕਈ ਦੋਸਤ ਫੋਨ ਤੇ ਵੀ ਇੱਥੇ ਆ ਕੇ ਵੀ ਆਉਂਦੇ ਨੇ ਜੀ ਇੱਕ ਥਾਂ ਛੱਡਣੇ ਆ ਦੋ ਥਾਂ ਛੱਡਣੇ ਨੇ ਦੁੱਧ ਅਸੀਂ ਸਾਰਾ ਦੱਸ ਦੇਣਾ ਜਿਹੜਾ ਮਰਜ਼ੀ ਵੇਖੋ ਇਹ ਕਿਸੇ ਦੀ ਆਪਣੀ ਮਰਜ਼ੀ ਹੁੰਦੀ ਹੈ ਕੋਈ ਇੱਕ ਥਾਂ ਨੇ ਪਿਆਵੇ ਕੋਈ ਦੋ ਥਾਂ ਨੇ ਪਿਆਵੇ ਜੀ ਜੀ ਦੁੱਧ ਅਸੀਂ ਸਾਰਾ ਦੱਸ ਦੇਣਾ ਸਾਰਾ ਦੁੱਧ ਅਸਾਂ ਪੂਰਾ ਕਰਾਉਣਾ ਬੇਸ਼ੱਕ ਕੋਈ ਦੋਸਤ ਦੋ ਟਾਈਮ ਚੋ ਕੇ ਤਸੱਲਾ ਕਰ ਲਵੇ ਠੀਕ ਹੈ ਸਾਨੂੰ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਹੋਵੇ ਜ਼ਬਰਦਸਤ ਜਿਹੜਾ ਦੁੱਧ ਦੱਸਾਂਗੇ ਉਹ ਇਨਸ਼ਾਅੱਲਾ ਪੂਰਾ ਹੋਵੇਗਾ ਕਿਉਂਕਿ ਜਿਹੜੀ ਅਲਹਮਦੁਲਿਲਾ ਅਸੀਂ ਗੱਲ ਦੱਸਦੇ ਹਾਂ ਦੇਖੋ ਜਿੰਨੀ ਦੇਰ ਕੋਈ ਦੋਸਤ ਆਉਂਦਾ ਨਹੀਂ ਕੋ ਆ ਕੇ ਇੱਕ ਅੱਧਾ ਜਾਨਵਰ ਲਏਗਾ ਫਿਰ ਉਹਨੂੰ ਪਤਾ ਚੱਲੇਗਾ ਅਸੀਂ ਕਿਵੇਂ ਦਾ ਕੰਮ ਕਰਦੇ ਹਾਂ ਜੀ ਜੀ ਜਾਂ ਸਾਡੀਆਂ ਝੋਟੀਆਂ ਕੋਈ ਇੰਨਾ ਦੁੱਧ ਹੈ ਕਿ ਨਹੀਂ ਹੈ ਅਦਰਵਾਈਜ਼ ਦੋਸਤ ਸਮਝਦੇ ਨੇ ਲਓ ਜੀ ਇੰਨਾ ਦੁੱਧ ਨਹੀਂ ਹੋ ਸਕਦਾ ਆਖਰ ਹੈ ਤਾਂ ਅਸੀਂ ਕਹਿੰਦੇ ਹਾਂ ਨਾ ਜਦੋਂ ਫਰਾਜ਼ ਸਾਹਿਬ ਅਸੀਂ ਸ਼ਾਮ ਨੂੰ ਵੀ ਚਵਾ ਦੇਣੀ ਹੈ ਸਵੇਰੇ ਵੀ ਚਵਾ ਦੇਣੀ ਹੈ ਜੀ ਜੀ ਪਿੱਛੇ ਤੇ ਕੋਈ ਗੱਲ ਹੀ ਨਹੀਂ ਰਹਿੰਦੀ ਜਦੋਂ ਟਾਈਮ ਚਵਾਈ ਹੋਈ ਜਾਣਾ ਜਿਹੜੇ ਦੋਸਤ ਨੇ ਦੋ ਦਫਾ ਚਵਾਈ ਕਰ ਲੈਣੀ ਹੈ ਤੇ ਸਾਡੀਆਂ ਝੋਟੀਆਂ ਮੂਮਾਂ ਅਗਲੇ ਘਰ ਜਾ ਕੇ ਜਿਹੜਾ ਦੁੱਧ ਦੱਸਨੇ ਆ ਉਹ ਕਿਲੋ ਅੱਧਾ ਵੱਧ ਹੀ ਹੁੰਦਾ ਘੱਟ ਨਹੀਂ ਹੁੰਦਾ ਜ਼ਿੰਦਾਬਾਦ ਫਿਰ ਇਸ ਚੀਜ਼ 'ਚ ਮਜ਼ਾ ਆਉਂਦਾ ਬਿਲਕੁਲ ਕਿਉਂਕਿ ਘੱਟ ਜਾਵੇ ਤੇ ਫਿਰ ਉਹ ਮਜ਼ਾ ਨਹੀਂ ਆਉਂਦਾ ਜਿਹੜੇ ਦੋਸਤ ਨੂੰ ਝੋਟੀ ਪਸੰਦ ਹੋਏ 370,000 ਦੇ ਦਿਆਂਗੇ 370,000 18 ਕਿਲੋ ਦੁੱਧ ਦੀ ਗਰੰਟੀ ਹੋਏਗੀ ਅਸੀਂ ਪੂਰਾ ਕਰਾਵਾਂਗੇ ਪਸਮਾ ਦੀ ਥਣਾ ਦੀ ਦੁੱਧ ਦੀ ਗਰੰਟੀ ਹੋਏਗੀ ਠੀਕ ਲਓ ਦੋਸਤੋ ਝੋਟੀ ਨੰਬਰ 1 ਸੀ ਪੁੱਠਾ ਦੋਸਤਾਂ ਫਿਰ ਵੇਖ ਲੈਣਾ ਕੀਮਤ ਡਿਮਾਂਡ 370,000 ਅੱਗੇ ਆ ਗਈ ਜੀ ਪਹਿਲਵਾਨ ਚੀਜ਼ ਅੱਜ ਦੀ ਵੀਡੀਓ ਦੀ ਹੀਰੋ ਖੂਬਸੂਰਤ ਚੀਜ਼ ਹੈ ਮਾਸ਼ਾਅੱਲਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਬਰੀਕ ਚਮਰ ਜ਼ਿੰਦਾਬਾਦ ਸਾਨੂੰ ਵੇਖੋ ਮਾਸ਼ਾਅੱਲਾ ਮੁੱਠੀ ਮੁੱਠੀ ਦੇ ਬਿਲਕੁਲ ਜੀ ਸਿਹਤ ਵੀ ਚੰਗੀ ਪੂਰੀ ਪਹਿਲਵਾਨ ਚੀਜ਼ ਹੈ ਵਿਰਲ ਚੈੱਕ ਕਰੋ ਲਿਬਾਸ ਵੀ ਦੋਸਤਾਂ ਵੇਖਣਾ ਸਿਹਤ ਵੀ ਚੈੱਕ ਕਰਨੀ ਹੈ ਅੱਜ ਦੀ ਵੀਡੀਓ ਦੀ ਹੀਰੋ ਤੇ ਕੀਮਤੀ ਚੀਜ਼ ਝੋਟੀ ਨੰਬਰ 2 ਮਾਸ਼ਾਅੱਲਾ ਜੀ ਸਿਹਤ ਵੀ ਚੰਗੀ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗਾਂ ਸੇਮ ਹੈ ਤੇ ਮੁਕੰਮਲ ਨਜ਼ਾਰਾ ਦੋਸਤਾਂ ਨੂੰ ਕਰਾਉਂਦੇ ਹਾਂ ਸੋਹਣੇ ਪਾਵਰਫੁਲ ਥਣ ਲੱਗੇ ਨੇ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ ਜੀ ਸੰਧੂ ਸਾਹਿਬ ਵੀ ਸੂਈ ਹੈ ਫਰਾਲ ਭਾਈ ਸੂਈ ਹੈ ਕਿੰਨਵਾਂ ਸੂਆ ਫਰਾਲ ਭਾਈ ਦੂਜਾ ਸੂਈ ਹੈ ਦੂਸਰਾ ਸੂਆ ਸੂਈ ਹੈ ਕਿੰਨੇ ਕੁ ਦਿਨ ਹੋ ਗਏ ਨੇ ਇਹਨੂੰ ਤਕਰੀਬਨ 7-8 ਦਿਨ ਦੇ 7-8 ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਪਹਿਲਾਂ ਝੋਟੀਆਂ ਲਿਆਂਦੀਆਂ ਨਾ ਠੀਕ ਹੈ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਥਣ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ ਤੇ ਲੱਗੇ ਵੀ ਵਿਰਲਿਆਂ ਦੇ ਨੇ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਸੋਹਣੇ ਪਾਵਰਫੁਲ ਥਣ ਤੇ ਸੋਹਣੀਆਂ ਵਿਰਲਾਂ ਤੇ ਮਾਸ਼ਾਅੱਲਾ ਜੀ 7-8 ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ ਸੇ ਦੋਸਤਾਂ ਵੇਖ ਲੈਣੀ ਕੈਮਰੇ 'ਚ ਮੁਕੰਮਲ ਨਜ਼ਰ ਆਉਂਦੀ ਹੈ ਇੱਕ ਹੱਡੀ ਧੁੰਨੀ ਕੋਲੀ ਦਾ ਨਿਸ਼ਾਨ ਠੀਕ ਹੈ ਥਨ ਪੂਰਾ ਪਾਵਰ ਵਾਲਾ ਤੇ ਮੁੱਠੀ ਦੋਹਰਾ ਜੀ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਬਾਈ ਜਾਨ ਜਾ ਤੇ ਲਾਈਏ ਲੋਏ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਦੂਸਰਾ ਸੁਆ ਸੂਈ ਹੈ 7-8 ਦਿਨ ਹੋ ਗਏ ਨੇ ਚੰਗੀ ਸਿਹਤਮੰਦ ਪਹਿਲਵਾਨ ਚੀਜ਼ ਹੈ ਸੋਹਣੇ ਪਾਵਰਫੁਲ ਦੋਹਰੇ ਥਨ ਲੱਗੇ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਲੋਏ ਦੋਸਤੋ ਮੁਕੰਮਲ ਨਜ਼ਾਰਾ ਕਰ ਲੈਣਾ ਲਿਬਾਸ ਦੋਸਤਾਂ ਚੈੱਕ ਕਰਨਾ
ਤੇ ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾਨੇ ਆ, ਹੱਡੀ ਦੋਸਤਾਂ ਖੁਦ ਹੀ ਵੇਖ ਲੈਣੀ ਹੈ। ਚੌੜਾ ਪੁੱਠਾ ਪਿੱਛੇ ਜਾ ਕੇ ਸੰਧੂ ਸਾਹਿਬ ਦੇ ਪਿੱਛੇ ਕੱਟੀ ਹੈ, ਕੱਟੀ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਝੋਟੀ ਨੰਬਰ 2 ਪਿੱਛੇ ਤੇ ਕੱਟੀ ਪਿਆਰੇ ਭਈਆ, ਜਾ ਸਾਹਮਣੇ ਕਰਿਓ ਇਹ ਕੱਟੀ। ਹਾਂਜੀ ਇਹ ਚੈੱਕ ਕਰ ਲਓ ਮਾਸ਼ਾਅੱਲਾ, ਕੱਟੀ ਵੀ ਦੋਸਤਾਂ ਵੇਖ ਲੈਣੀ ਹੈ। ਕਿੰਨਾ ਦੁੱਧ ਇਹਦੇ ਕੋਲ ਸਰ? ਰਾਜ ਭਾਈ ਇਹਦੇ ਕੋਲ ਵੀ 18 ਕਿਲੋ ਦੁੱਧ ਹੈ। ਤੋਰੇ ਭਾਈ 18 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਹੀ ਟੋਟਲ ਓਏ ਦੋਸਤੋ, ਝੋਟੀ ਨੰਬਰ 2 ਮੁਕੰਮਲ ਨਜ਼ਾਰਾ ਕਰ ਰਹੇ ਨੇ। ਅਸਾਂ ਪੂਰੀ ਪੰਡ ਪਾਈ ਹੈ ਝੋਟੀ ਦੇ ਥੱਲੇ। 7-8 ਦਿਨ ਹੋ ਗਏ ਨੇ, ਦੂਸਰਾ ਸੁਆ ਸੂਈ ਹੈ। 18 ਕਿਲੋ ਦੁੱਧ ਦੀ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਮਾਸ਼ਾਅੱਲਾ। ਲਿਬਾਸ ਦੋਸਤਾਂ ਫਿਰ ਵੇਖਣਾ, ਥਣ ਚੈੱਕ ਕਰਨੇ ਨੇ ਮਾਸ਼ਾਅੱਲਾ, ਸੋਹਣੇ ਪਾਵਰਫੁਲ ਥਣ ਲੱਗੇ ਨੇ। ਤੇ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ ਹੈ। ਉੱਠਾ ਦੋਸਤਾਂ ਨੂੰ ਫਿਰ ਚੈੱਕ, ਵੱਡੀ ਮਾਸ਼ਾਅੱਲਾ, ਵੱਡੀ ਸਿਹਤਮੰਦ ਪੰਡ ਪਾਈ ਹੈ ਝੋਟੀ ਨੇ, ਮੈਲਾ ਨਹੀਂ ਸੁੱਟਿਆ। ਓਏ ਦੋਸਤੋ ਹੁਣ ਮੈਂ ਜ਼ਰਾ ਫਿਰ ਚੈੱਕ ਕਰਾਂਗਾ ਮਾਸ਼ਾਅੱਲਾ ਜੀ। ਸੰਧੂ ਸਾਹਿਬ ਝੋਟੀ ਨੰਬਰ 2 ਦਾ ਰੇਟ? ਰਾਜ ਸਾਹਿਬ ਇਹਦਾ ਰੇਟ ਰੂਟ ਤੇ ਕੋਨੀ, ਇਹ ਤੋਹਫਾ ਹੀ ਹੈ ਜਿਹੜੇ ਭਰਾ ਨੂੰ ਦੇਣਾ। ਜੇ ਹਕੀਕਤ 'ਚ ਪੁੱਛੋ ਤਾਂ ਤੋਹਫਾ ਹੀ ਹੈ ਜੀ ਜੀ। ਠੀਕ ਹੈ, ਝੋਟੀ ਮਾਸ਼ਾਅੱਲਾ ਜਿਹੜੀ ਹੈ ਨਾ, ਇਹ ਫਾਈਨਲ ਦੇਖੋ, ਕਿਸੇ ਵਪਾਰੀ ਕੋ ਹੋਏ ਇਹਦਾ ਮੁੱਲ ਕਰੇ 6 ਲੱਖ 6.5 ਲੱਖ, ਜਾਇਜ਼ ਲੱਭੀ ਇਨਸ਼ਾਅੱਲਾ ਜਾਇਜ਼ ਹੀ ਦੇਣੀ ਹੈ। 4,60,000 ਪੁੱਠਾ ਦੋਸਤਾਂ ਫਿਰ ਵੇਖ ਲੈਣਾ। ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 3। ਇਹ ਪਹਿਲਾ ਸੂਆ, ਦੂਸਰਾ ਦੂਸਰਾ ਇਹ ਜ਼ਿਆਦਾ ਮਰਿਆ, ਕੱਲ ਮਰ ਗਿਆ, ਮੌਸਮ ਥੋੜਾ ਜਿਹਾ ਖਰਾਬ ਸੀ, ਅਸੀਂ ਛੱਪੜ ਛੁੱਪੜ ਧਿਆਨੇ ਲੱਗੇ ਹਾਂ। ਤੇ ਬੱਚਾ ਜਿਹੜਾ ਇਹਨਾਂ ਦਾ ਮਰ ਗਿਆ। ਠੀਕ ਹੈ, ਇਹ ਕਿੰਨਵਾਂ ਸੂਆ ਸੂਈ ਹੈ? ਇਹਦੇ ਪਿੱਛੇ ਕੱਟਾ ਸੀ ਦੂਸਰਾ ਸੂਆ, ਦੂਸਰਾ ਸੂਆ ਸੂਈ ਹੈ। ਕੈਮਰੇ ਤੋਂ ਜ਼ਰਾ ਡਰਦੀ ਹੈ ਸਾਹਿਬ, ਗੱਲ ਇਹ ਕੋਈ ਕਿਸੇ ਹੋਰ ਬੰਦੇ ਕੋ ਹੋਏ ਨਾ, ਉਹ ਆਖੇ ਪਹਿਲਾਂ ਨੇ, ਲੇਕਿਨ ਆਪਣੇ 'ਚ ਇਹ ਗੱਲ ਨਹੀਂ ਹੈ। ਝੋਟੀ ਗਰੰਟੀ ਨਾਲ ਦੂਜਾ ਸੂਆ ਸੂਈ, ਬਜ਼ਾਹਰੀ ਇੰਝ ਹੀ ਲੱਗਦਾ ਪਿਆ ਜਿਵੇਂ ਪਹਿਲਾ ਸੂਆ ਹੈ, ਲੇਕਿਨ ਬੜੀ ਅੱਛੀ ਗੱਲ ਹੈ। ਸੂਆ ਜਿਹੜਾ ਹੈ ਵੇ, ਗੱਲਬਾਤ ਜਿਹੜੀ ਹੈ ਵੇ, ਉਹੀ ਦੱਸਣੀ ਚਾਹੀਦੀ ਹੈ। ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ, ਥਾਣੇ ਦੇ ਵੀ ਸੋਹਣੇ ਨੇ ਦੋਸਤਾਂ, ਵੇਖ ਲੈਣੇ ਨੇ ਧੁੰਨੀਆਂ ਵੇ ਨਾ ਹੁੰਦੇ ਬਰਾਬਰ ਹੈ ਦੋਸਤਾਂ ਦੇ ਸਾਹਮਣੇ। ਕਿੰਨੇ ਕੁ ਦਿਨ ਹੋ ਗਏ ਨੇ ਸੰਧੂ ਸਾਹਿਬ ਤੇ ਬਟਨ ਵੀ ਦੂਰੋਂ ਹੀ ਨਜ਼ਰ ਆਉਂਦੇ, ਮਾਸ਼ਾਅੱਲਾ ਦੂਰੋਂ ਨਜ਼ਰ ਆਉਂਦੇ ਨੇ ਝੋਟੇ। ਚਲੋ ਵੇਖੋ ਥੱਬਾ ਕਿੰਨਾ ਹੋਏ, ਚੌਦਾਂ ਤੋਂ ਪੰਦਰਾਂ ਕਿਲੋ ਦੂਸਰਾ ਸੁਆ ਸੂਈ ਹੈ, ਜ਼ਿਆਦਾ ਮਰ ਗਿਆ ਇਹ। ਤੇ ਚੁਆਈਏ ਦੀ ਪਹਾੜੇ ਤੋਂ ਹੁੰਦੀ ਪਈ ਮਾਸ਼ਾਅੱਲਾ ਜੀ। ਚਿਹਰਾ ਦੋਸਤਾਂ ਵੇਖ ਲੈਣਾ, ਇਹ ਲੰਬਾਈ 'ਚ ਚਿਹਰਾ, ਬਰੀਕ ਚਿਹਰਾ ਮਾਸ਼ਾਅੱਲਾ। ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ, ਜਾਂ ਨੀਲੀ ਦੇ ਬਟਨ ਵੀ ਨਜ਼ਰ ਆਉਂਦੇ ਨੇ ਪਏ। ਕੈਮਰੇ ਤੋਂ ਜ਼ਰਾ ਡਰਦੀ ਪਈ ਤਾਂ ਵਾਸਤੇ ਜ਼ਰਾ ਮੈਂ ਦੋਸਤਾਂ ਨੂੰ ਕੋਸ਼ਿਸ਼ ਕਰਨਾ ਕਿ ਥਣ ਜ਼ਰਾ ਨਜ਼ਦੀਕ ਤੋਂ ਚੈੱਕ ਕਰਾ ਦਾ। ਅਤੇ ਧੁੰਨੀ ਵੀ ਦੋਸਤਾਂ ਵੇਖ ਲੈਣੀ ਹੈ ਮਾਸ਼ਾਅੱਲਾ, ਇਹ ਚੈੱਕ ਕਰੋ ਜੀ। ਅਤੇ ਸੋਹਣੀਆਂ ਵਿਰਲਾਂ 'ਤੇ ਥਣ ਲੱਗੇ ਨੇ, ਪਾਵਰਫੁਲ ਥਣ ਨੇ, ਲਿਬਾਸ ਸੋਹਣਾ ਕੀਤਾ। ਠੀਕ ਹੈ ਜੀ ਸੰਧੂ ਸਾਹਿਬ, ਝੋਟੀ ਨੰਬਰ 3 ਦਾ ਸੋਹਣਾ ਜਾ ਰਿਹਾ ਜੀ ਸੰਧੂ ਸਾਹਿਬ। ਝੋਟੀ ਦਾ ਇੱਕ ਤਾਂ ਬੱਚਾ ਮਰ ਗਿਆ, ਠੀਕ ਹੈ, ਅਤੇ ਝੋਟੀ ਜੈ ਲੱਭੀ ਵੀ ਜਾਇਜ਼ ਸੀ ਮਾਸ਼ਾਅੱਲਾ। ਝੋਟੀ ਬਰੀਕ ਬੜੀ ਹੈ, ਠੀਕ ਹੈ, ਝੋਟੀ ਕੋਲ ਦੁੱਧ ਵੀ ਚੰਗਾ, ਚੁਆਈ ਬੜੀ ਹੈ ਝੋਟੀ ਦੀ ਮਾਸ਼ਾਅੱਲਾ। ਮੋਟੀ ਧਾਰ, ਕਿਸੇ ਥਾਂ 'ਚੋਂ ਫੁਹਾਰਾ ਛੱਟਾ ਹੋਏ, ਪਸਮਾ ਦੀ ਦੁੱਧ ਦੀ ਥਣਾਂ ਦੀ ਗਰੰਟੀ ਹੋਏਗੀ। ਠੀਕ ਹੈ, ਪਹਾੜੇ 'ਤੇ ਹੀ ਚੋਂਦੇ ਹਾਂ, ਠੀਕ ਹੈ, ਪਹਾੜੇ ਤੋਂ ਬਗੈਰ ਵੀ ਥਾਪੀ ਮਾਰ ਕੇ ਥੱਲੇ ਬਈਏ ਉਸੇ ਟਾਈਮ ਝੋਟੀ ਪਸੰਦ ਪੈਂਦੀ ਹੈ। ਅਤੇ ਦੁੱਧ ਇਹਦੀ ਵੀ ਗਰੰਟੀ ਹੋਏਗੀ, ਜਿਹੜਾ ਮਰਜ਼ੀ ਦੋਸਤ ਆ ਕੇ ਪੂਰਾ ਕਰ ਲਵੇ। ਝੋਟੀ 3,15,000 ਦੀ ਦੇ ਦਿਆਂ, 3,15,000 ਰੇਟ ਇਹਦਾ। ਇਹ ਦੁੱਧ 14 ਕਿਲੋ ਬੱਚਾ ਮਰ ਗਿਆ ਹੈ, ਅਤੇ ਬਹਿਸ ਦਾ ਫਾਇਦਾ ਕੋਈ ਨਹੀਂ, ਜਿਹੜੇ ਦੋਸਤ ਨੂੰ ਸਮਝ 'ਚ ਆਵੇ ਦੁੱਧ ਦੀ ਗਰੰਟੀ ਹੋਏਗੀ। ਹਾਂ, ਮੱਝ ਨੂੰ 9 ਦਿਨ ਦੀ ਗਰੰਟੀ ਹੋਏਗੀ ਇਸ ਚੀਜ਼ ਦੀ।
ਕਿੰਨੇ ਦਿਨਾਂ ਦੀ ਸੂਈ ਹੈ, ਸੂਈ ਕਿਸੇ ਦੋਸਤ ਨੂੰ ਇਹ ਨਾ ਹੋਏ ਭਾਵੇਂ ਬੇਸ਼ੱਕ ਘਰ ਗਈ ਵੀ ਕੋਈ ਦੋਸਤ ਸਾਬਤ ਕਰ ਦੇ ਕਿ ਮੈਂ ਅੱਜ ਦੇਰ ਦੀ ਸੂਈ ਸੀ, ਇਨਸ਼ਾਅੱਲਾ ਦੇ ਜ਼ਿੰਮੇਦਾਰ ਜ਼ਿੰਦਾਬਾਦ ਰੇਡ ਯਾਨੀ ਕਿ ਤੁਸੀਂ ਮਜ਼ੀਦ ਵੀਡੀਓ ਤੋਂ ਪਹਿਲੇ ਕੁਝ ਬਿਲਕੁਲ ਜਾਇਜ਼ ਕੁਝ ਹੋਰ ਜ਼ਿਕਰ ਹੋਇਆ ਤੁਸੀਂ ਮਜ਼ੀਦ ਉਹਦੇ ਤੋਂ ਲੈਸ ਕਰ ਦਿੱਤਾ, ਮੈਂ ਤੇ ਸਾਰੀ ਗੱਲ ਵੇਖੋ ਥੋੜਾ ਜਿਹਾ ਕਿਹਾ ਸੀ ਤੁਸੀਂ ਵੀ ਕਿਹਾ ਨਹੀਂ ਯਾਰ ਬੱਚਾ ਨਹੀਂ ਯਾਦ ਬਿਲਕੁਲ ਜਿਹੜਾ ਨਾ ਬਿਲਕੁਲ ਸਮਝ ਲਵੋ ਕਿ ਇਹਦੇ ਵਿੱਚ ਸਾਨੂੰ ਕੋਈ ਸ਼ੈ ਨਹੀਂ ਪਾਈਦੀ ਜੀ ਸੰਧੂ ਸਾਹਿਬ ਜ਼ਬਰਦਸਤ ਮਾਸ਼ਾਅੱਲਾ ਜੀ ਝੋਟੀ ਨੰਬਰ 3 ਸੀ ਦੂਸਰਾ ਸੁਬਾ ਸੂਈ ਹੈ 14 ਕਿਲੋ ਦੁੱਧ ਦੀ ਇੱਕ ਗਰੰਟੀ ਹੋਈ ਦੀ ਪਹਾੜੇ ਤੇ ਦੀ ਚੁਆਈ ਹੁੰਦੀ ਵੀ ਮਾਸ਼ਾਅੱਲਾ ਤੇ ਨੀਲੀ ਦੇ ਬਟਨ ਵੀ ਨਜ਼ਰ ਆਉਂਦੇ ਨੇ ਮਜ਼ੀਦ ਦੋਸਤਾਂ ਵਾਸਤੇ ਕੋਈ ਪੈਗਾਮ ਕੋਈ ਮੈਸੇਜ ਪੈਗਾਮ ਵੇਖੋ ਫਰਾਦ ਭਾਈ ਦੋਸਤਾਂ ਵਾਸਤੇ ਹੀ ਜਿੰਨੀ ਦੇਰ ਕੋਈ ਇੱਥੇ ਨਹੀਂ ਆਉਂਦਾ ਕੋਈ ਮਿਲਦਾ ਨਹੀਂ ਉਨੀ ਦੇਰ ਹਰ ਬੰਦਾ ਹੀ ਸਮਝਦਾ ਹਰ ਬੰਦਾ ਇੱਕ ਜਿਹਾ ਹੁੰਦਾ ਹੀ ਨਹੀਂ ਜੀ ਜੀ ਵੇਖੋ ਜਦੋਂ ਕੋਈ ਦੋਸਤ ਇੱਥੇ ਆਉਂਦਾ ਜਿਹੜੇ ਸਾਡੇ ਕੋਲ ਜਾਨਵਰ ਖਰੀਦਦੇ ਨੇ ਨਾ ਅਲਹਮਦੁਲਿਲਾ ਉਹ ਸਾਡੇ ਕੋਲ ਹੀ ਖਰੀਦਣਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਕਿਉਂਕਿ ਵੇਖੋ ਅਸੀਂ ਗਲਤ ਬਿਆਨੀ ਨਹੀਂ ਕਰਦੇ ਜਿਹੜੀ ਚੀਜ਼ ਹੁੰਦੀ ਉਹ ਹੀ ਦੱਸਦੇ ਹਾਂ ਅਤੇ ਬਾਕੀ ਅਸੀਂ ਵੀ ਖਰੀਦ ਕੇ ਲਿਆਉਂਦੀਆਂ ਹੁੰਦੀਆਂ ਸਾਡੀਆਂ ਕਿਹੜੀਆਂ ਘਰ ਦੀਆਂ ਸਾਡੀ ਤਾਂ ਗੇਮ ਇਹੀ ਹੈ 5-10-15-20 ਹਜ਼ਾਰ ਨਫੇ ਨਾ ਅਤੇ ਮੈਂ ਦੋਸਤਾਂ ਨੂੰ ਇਹੀ ਕਹਾਂਗਾ ਕਿ ਜਿਹੜੇ ਦੂਸਰੇ ਦੋਸਤ ਵੀ ਵੇਖੋ ਵੀਡੀਓ ਬਣਾਉਂਦੇ ਨੇ ਜਾਂ ਕੰਮ ਕਰ ਰਹੇ ਨੇ ਅਤੇ ਸਾਰੇ ਅੱਛਾ ਕਰ ਰਹੇ ਨੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਉਹ ਬੁਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ ਸਾਰੇ ਅੱਛਾ ਕਰ ਰਹੇ ਨੇ ਆਪਣੀ ਆਪਣੀ ਜਗ੍ਹਾ 'ਤੇ ਲੇਕਿਨ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਦੋਸਤ ਇੱਥੇ ਆ ਕੇ ਜਾਨਵਰ ਖਰੀਦਦਾ ਕਿਸੇ ਦੇ ਡੇਰੇ 'ਤੇ ਵੀ ਆ ਖਰੀਦਦਾ ਜਾਂ ਆਉਣ ਤੋਂ ਬਗੈਰ ਫੋਨ 'ਤੇ ਖਰੀਦਦਾ ਠੀਕ ਹੈ ਇਤਮਾਦ ਕਰਕੇ ਖਰੀਦਦਾ ਉਹਦੇ ਇਤਮਾਦ ਨੂੰ ਇਤਮਾਦ ਰਹਿਣ ਦਾ ਜ਼ਬਰਦਸਤ ਵੇਖੋ ਦਾ ਅਸੀਂ ਇੱਕ ਝੋਟੀ ਦਾ ਲਾ ਲਾਂਗੇ ਬਾਅਦ 'ਚ ਨਹੀਂ ਵੇਚਣੀ ਆ ਕੁਛ ਕੰਮ ਇਵੇਂ ਦਾ ਹੋਣਾ ਚਾਹੀਦਾ ਕੋਈ ਇੱਕ ਲੈ ਗਿਆ ਬਾਅਦ 10 ਘੜੇ ਉਹਨੇ ਨਹੀਂ ਲੈਣੀ ਕਿਸੇ ਦੋਸਤ ਨੂੰ ਕਿਸੇ ਤੱਲਾ ਕਰਨ ਨੂੰ ਕਿਸੇ ਰਿਸ਼ਤੇਦਾਰ ਨੂੰ ਦਵਾਏ ਇਸ ਚੀਜ਼ 'ਚ ਮਜ਼ਾ ਹੈ ਠੀਕ ਹੈ ਨਾ ਮਾਸ਼ਾਅੱਲਾ ਝੋਟੀ ਹੈ ਮੈਂ ਇੱਕ ਦਾ ਧੋਖਾ ਕਰ ਲਾਂਗਾ ਆਹ ਝੋਟੀ ਦਾ ਬੱਚਾ ਨਹੀਂ ਹੈ ਮੈਂ ਧੋਖਾ ਕਰ ਲਾਂਗਾ ਕੀ ਹੋ ਜਾਏਗਾ ਬਾਕੀ ਨਹੀਂ ਮੈਂ ਬਾਅਦ 'ਚ ਵੇਚਣੀ ਆ ਜਾਂ ਮੈਂ ਸਾਰਾ ਸਾਲ ਕੰਮ ਨਹੀਂ ਕਰਨਾ ਉਸ ਚੀਜ਼ 'ਚ ਮਜ਼ਾ ਨਹੀਂ ਆ ਮੈਂ ਦੋਸਤਾਂ ਨੂੰ ਵੀ ਇਹੀ ਕਹਾਂਗਾ ਕਿ ਜਿਹੜੇ ਦੋਸਤ ਇਤਮਾਦ ਨਾਲ ਯਕੀਨ ਨਾਲ ਕਿਸੇ ਦੇ ਡੇਰੇ 'ਤੇ ਆਉਂਦੇ ਨੇ ਉਹਨਾਂ ਨੂੰ ਪੂਰੀ ਤਸੱਲਾ ਨਾਲ ਜੇ ਕਿਸੇ ਦੇ ਕੋਈ ਥਾਂ 'ਚ ਜਾਂ ਕੂਨੀ ਵੀ ਹੈ ਕੋਈ ਨੁਕਸ ਹੈ ਉਹ ਦੱਸੇ ਅਤੇ ਮੈਂ ਵੀ ਇਨਸ਼ਾਅੱਲਾ ਇਹੀ ਕਰਨਾ ਵਾ ਮੇਰੀ ਅਗਰ ਕਿਸੇ ਮਨ 'ਚ ਕੋਈ ਨੁਕਸ ਹੋਏ ਮੈਂ ਵੀਡੀਓ 'ਚ ਹੀ ਨਹੀਂ ਪਾਉਂਦਾ ਬਿਲਕੁਲ ਅਸੀਂ ਸਾਡੇ ਅਸੀਂ ਵੀ ਜਾ ਖਰੀਦ ਕੇ ਲਿਆਉਂਦੇ ਹਾਂ ਗੱਬਰਾਂ ਵੀ ਲਿਆਈ ਦੀਆਂ ਕਿਸੇ ਦਾ ਆ ਕੇ ਸੁਣ ਲਈਏ ਕੋਈ ਥਾਂ ਗਲਤ ਨਿਕਲ ਆਉਂਦਾ ਅਸੀਂ ਉਹ ਪਾਣੀ ਨਹੀਂ ਵੀਡੀਓ 'ਚ ਅਸੀਂ ਉਂਝ ਕਿਸੇ ਨੂੰ ਦੱਸ ਕੇ ਨੁਕਸਾਨ ਨਾ ਵੇਚ ਲੈਣੀ ਹੈ ਵੀਡੀਓ 'ਚ ਨਹੀਂ ਪਾਉਂਦਾ ਜ਼ਿੰਦਾਬਾਦ ਵੀਡੀਓ 'ਚ ਉਹ ਡੰਗਰ ਪਾਉਣਾ ਜਿਹੜਾ ਬਿਲਕੁਲ ਚਾਰੋਂ ਸੁਮੀ ਕਾਇਮ ਹੈ ਜ਼ਿੰਦਾਬਾਦ ਅੱਛੀ ਸੋਚ ਮਾਸ਼ਾਅੱਲਾ ਹਾਂਜੀ ਜੀ ਸੰਧੂ ਸਾਹਿਬ ਬਾਕੀ ਦੋਸਤਾਂ ਨੂੰ ਇਹੀ ਕਹਾਂਗਾ ਕਿ ਇਨਸ਼ਾਅੱਲਾ ਇੱਕ ਦਫਾ ਚੱਕਰ ਲਾਉਣ ਆ ਕੇ ਜਿਹੜੇ ਦੋਸਤ ਨੂੰ ਚੰਗੀ ਝੋਟੀ ਚਾਹੀਦੀ ਉਸ ਤੋਂ ਇਲਾਵਾ ਵੀ ਝੋਟੀਆਂ ਮੌਜੂਦ ਨੇ ਠੀਕ ਹੈ ਇੱਕ ਗਾਂ ਹੈ ਉਹ ਵੀ ਇੱਕ ਅੱਛੀ ਇਨਸ਼ਾਅੱਲਾ ਅਗਲੀ ਵੀਡੀਓ 'ਚ ਪਾਵਾਂਗੇ ਬੜੀ ਵੱਡੀ ਪਹਿਲਨ ਵੈੜ ਵੱਡੀ ਪਹਿਲਨ ਵੈੜ ਹੀ ਅਗਲੀ ਵੀਡੀਓ 'ਚ ਇਨਸ਼ਾਅੱਲਾ ਮਨ ਦੁੱਧ ਦੀ ਗਰੰਟੀ ਦਿਆਂਗੇ ਅੱਲਾ ਦੇ ਹੁਕਮ ਨਾਲ ਮਨ ਦੁੱਧ ਕਿਹੜੇ ਕੀ ਪਹਿਲਨ ਹੋ ਗਏ ਇਨਸ਼ਾਅੱਲਾ ਮਾਂ ਮਾਸ਼ਾਅੱਲਾ 45 ਕਿਲੋ ਤੋਂ ਪਲੱਸ ਦੁੱਧ ਕਰਦੀ ਰਹੀ ਮਾਸ਼ਾਅੱਲਾ ਤੇ ਜਿਹੜੇ ਦੋਸਤ ਨੂੰ ਇਸ ਤੋਂ ਇਲਾਵਾ ਵੀ ਕੋਈ ਅੱਛਾ ਜਾਨਵਰ ਚਾਹੀਦਾ ਹੋਏ ਚੰਗੇ ਦੁੱਧ ਵਾਲਾ 18-20 ਕਿਲੋ ਵਾਲਾ ਚਾਹੀਦਾ ਹੋਏ ਇਸ ਤੋਂ ਇਲਾਵਾ ਵੀ ਜਾਨਵਰ ਮੌਜੂਦ ਨੇ ਉਹ ਆ ਕੇ ਤੇ ਆਪਣਾ ਖੁਦ ਮੌਕੇ ਤੇ ਆ ਕੇ ਚੋ ਕੇ ਤਸੱਲਾ ਨਾਲ 2 ਟਾਈਮ ਲੈ ਸਕਦਾ ਜ਼ਿੰਦਾਬਾਦ ਜੀ ਸੰਧੂ ਸਾਹਿਬ ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਦੋਸਤਾਂ ਕੇ ਗੁਜ਼ਾਰਿਸ਼ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ رائے ਦਾ ਇਜ਼ਹਾਰ ਵੀ ਕਰਨਾ ਹੈ ਤੇ ਮਾਸ਼ਾਅੱਲਾ ਨੰਬਰ 2 ਤੇ ਝੋਟੀ ਚੈੱਕ ਕਰਾਈ ਸੀ ਅਦੇ ਬਾਰੇ ਚ ਵੀ ਆਪਣੀ رائے ਦੱਸਣੀ ਹੈ ਦੋਸਤਾਂ ਨੇ ਇਜਾਜ਼ਤ ਚਾਹਨੇ ਆ ਅੱਲਾ ਹਾਫਿਜ਼